हेलो डियर स्टूडेंट्स वेलकम बैक टू माय YouTube so, चैनल so, so, सो इस वीडियो ਦੇ ਵਿੱਚ ਬੱਚੇ ਅਸੀਂ ਛੋਟੇ ਛੋਟੇ ਟਾਪਿਕਸ ਕਰਨ ਜਾ ਰਹੇ ਹਾਂ ਸੋ ਮੈਂ ਡਾਇਰੈਕਟ ਬੁੱਕ ਤੋਂ ਹੀ ਕਰਵਾ ਰਹੀ ਹਾਂ ਸੋ ਤੁਸੀਂ ਆਪਣੀ ਬੁੱਕ ਦੇ ਉੱਪਰ ਟਿਕ ਲਗਾ ਸਕਦੇ ਆ ਅਲੱਗ ਤੋਂ ਨੋਟਸ ਬਣਾਉਣ ਦੀ ਜ਼ਰੂਰਤ ਨਹੀਂ ਹੈ ਬਿਕੋਜ਼ 1 ਇਅਰ 2 ਮਾਰਕਸ ਦੇ ਕੁਐਸਚਨ ਬੱਚੇ ਦੇ ਵਿੱਚੋਂ ਆ ਜਾਂਦੇ ਆ ਸੋ ਸਭ ਤੋਂ ਪਹਿਲਾਂ ਜੋ ਅਸੀਂ ਡਿਫੀਨੇਸ਼ਨ ਕਰਨ ਜਾ ਰਹੇ ਹਾਂ that is the mass defect ਹੁਣ ਮਾਸ ਡਿਫੈਕਟ ਕੀ ਆ ਬੱਚੇ ਡਿਫੈਕਟ ਤੋਂ ਹੀ ਕਲੀਅਰ ਹੋ ਰਿਹਾ ਆ ਕਿਸੇ ਚੀਜ਼ ਦਾ ਸੀ ਡਿਫਰੈਂਸ ਨਿਕਾਲਣ ਲੱਗੇ ਆ सो मास डिफेक्ट इज डिफाइंड एज द डिफरेंस बिटवीन द मास ऑफ कॉन्सट न्यूक्लियॉन्स ऑफ द न्यूक्लियस किसी बच्चे न्यूक्लियॉन्स का असी मास लिता ठीक है डिफरेंस लैन लग गया। दो चीज़ों का डिफरेंस आ नंबर वन की आ किसी भी न्यूक्लियस दे न्यूक्लियॉन्स का मास लैना या ਇਨ ਦਾ ਫ੍ਰੀ ਸਟੇਟ ਐਂਡ ਦਾ ਮਾਸ ਆਫ ਦਾ ਨਿਊਕਲੀਅਸ ਸੋ ਜਿਹੜਾ ਮਾਸ ਆਫ ਦਾ ਨਿਊਕਲੀਅਸ ਆ ਸੋ ਦੋਨਾਂ ਦਾ ਜਦੋਂ ਅਸੀਂ ਡਿਫਰੈਂਸ ਲਵਾਂਗੇ ਉਹਨੂੰ ਅਸੀਂ ਮਾਸ ਡਿਫੈਕਟ ਬੋਲ ਦਿੰਨੇ ਆ ਸੋ ਦਿਸ ਇਜ਼ ਡਿਨੋਟਡ ਬਾਈ ਡੈਲਟਾ ਐਮ ਇਹਦਾ ਮਤਲਬ ਬੱਚੇ ਇੰਨੀ ਕਿ ਡੈਫੀਨੇਸ਼ਨ ਲਿਖਣ ਤੋਂ ਬਾਅਦ ਹਾਰਡਲੀ ਇਹ 1 ਮਾਰਕਸ ਦੀ ਡੈਫੀਨੇਸ਼ਨ ਆ ਜਾਂਦੀ ਹੈ ਤੁਸੀਂ ਆ ਚੀਜ਼ ਲਿਖ ਕੇ ਆਣੀ ਆ ਕਿ ਮਾਸ ਆਫ Z ਪ੍ਰੋਟੋਨਸ Z ਪ੍ਰੋਟੋਨਸ ਕਿੰਨੇ ਹੋਣਗੇ MP * Z MP ਮਤਲਬ ਕਿ ਮਾਸ ਆਫ ਪ੍ਰੋਟੋਨ ठीक है एम पी so, की मास ऑफ प्रोटोन जैड किया, आ जोड़ा थोड़ा नंबर है डन सो ए माइनस जेड कि होएगा अगर असी न्यूट्रॉन का लै रहे तो एम एन मतलब कि मास ऑफ न्यूट्रॉन ए माइनस जैड क्योंकि असी ए माइनस जेड का लै रहे दैन असी दोनों का की करना सम दोनों का की करना सम ऑफ मासिस ऑफ प्रोटोन एंड न्यूट्रॉन क्योंकि बच्चे मासिस ऑफ प्रोटोन एंड न्यूट्रॉन बन के बनेगा न्यूकलीओनस ਠੀਕ ਹੈ ਜੀ ਸੋ ਨਿਊਕਲੀਅਨ ਦਾ ਮਤਲਬ ਕੀ ਹੁੰਦਾ ਆ ਪ੍ਰੋਟੋਨ ਪਲੱਸ ਨਿਊਟ੍ਰੋਨ ਹੁਣ ਪ੍ਰੋਟੋਨ ਪਲੱਸ ਨਿਊਟ੍ਰੋਨ ਮਤਲਬ ਅਸੀਂ ਦੋਨੋਂ ਲਿਖ ਦਿੱਤੇ ਮਾਸ ਡਿਫਰੈਂਸ ਕੀ ਸੀਗਾ ਕਿ ਅਸੀਂ ਨਿਊਕਲੀਅਨ ਦੇ ਵਿੱਚੋਂ ਨਿਊਕਲੀਅਸ ਮਾਈਨਸ ਕਰਨਾ ਨਿਊਕਲੀਅਨ ਦੇ ਵਿੱਚੋਂ ਨਿਊਕਲੀਅਸ ਮਤਲਬ ਕਿ ਐਮ ਜਿਹੜਾ ਆ ਕੈਪੀਟਲ ਐਮ ਜਿਹੜਾ ਆ ਮਾਈਨਸ ਕਰਨਾ ਹੈ ਡਨ ਸੋ ਬੱਚੇ ਇਹਨੂੰ ਇੰਨੇ ਵੱਡੇ ਨੂੰ ਦੇਖ ਕੇ ਘਬਰਾਣਾ ਨਹੀਂ ਆ ਤੁਸੀਂ ਸਿਰਫ ਔਰ ਸਿਰਫ ਡੈਫੀਨੇਸ਼ਨ ਲਰਨ ਕਰਨੀ ਆ ਔਰ ਤੁਸੀਂ ਆ ਲਾਸਟ ਵਾਲਾ ਰਿਜ਼ਲਟ ਲਰਨ ਕਰਨਾ ਹੈ ਬਸ ਨਿਕ ਟੀਜ਼ ਲਿਖ ਕੇ ਆਣੀਆਂ ਜੋ ਮੈਂ ਹਾਈਲਾਈਟ ਕੀਤੀ ਆ ਸਿਰਫ ਡੈਫੀਨੇਸ਼ਨ ਲਰਨ ਕਰਨੀ ਆ ਔਰ ਤੁਸੀਂ ਲਾਸਟ ਵਾਲਾ ਰਿਜ਼ਲਟ ਲਰਨ ਕਰਨਾ ਆ ਅਗਰ ਤੁਹਾਨੂੰ ਮਾਸ ਇਫੈਕਟ ਇਗਜ਼ਾਮ ਦੇ ਅੰਦਰ ਪੁੱਛ ਲਿਆ ਜਾਂਦਾ ਹੈ ਨੈਕਸਟ ਆ ਨਿਊਕਲੀਅਰ ਬਾਈਂਡਿੰਗ એનર્ਜੀ ਕੀ ਆ ਦ ਟੋਟਲ એનર્ਜੀ ਰਿਕੁਆਇਰਡ ਟੂ ਡਿਸਇੰਟੀਗ੍ਰੇਟ ਦ ਨਿਊਕਲੀਅਸ ਇੰਟੂ ਇਟਸ ਕੰਸਟਿਟੂਐਂਟ ਪਾਰਟਿਕਲਸ ਕੰਸਟਿਟੂਐਂਟ ਪਾਰਟਿਕਲਸ ਮਤਲਬ ਇਹਨੂੰ ਨਿਊਕਲੀਓਨਸ ਦੇ ਵਿੱਚ ਤੋੜ ਦੇਣਾ ਜਿਹੜਾ ਸੈਂਟਰ ਵਿੱਚ ਬਚੇ ਨਿਊਕਲੀਅਸ ਹੁੰਦਾ ਆ ਉਸ ਨਿਊਕਲੀਅਸ ਨੂੰ ਸਾਨੂੰ ਪਤਾ ਕਿ ਨਿਊਕਲੀਅਸ ਪ੍ਰੋਟੋਨਸ ਐਂਡ ਨਿਊਟ੍ਰੋਨਸ ਤੋਂ ਬਣਿਆ ਹੋਇਆ ਸੋ ਇਸ ਪੋਰਸ਼ਨ ਨੂੰ ਅਸੀਂ ਛੋਟੇ-ਛੋਟੇ ਪਾਰਟਸ ਦੇ ਵਿੱਚ ਤੋੜ ਦੇਣਾ ਇਸ ਕਾਲਡ ਨਿਊਕਲੀਅਰ ਬਾਈਂਡਿੰਗ એનર્ਜੀ ਜਾਂ ਫਿਰ ਬਾਈਂਡਿੰਗ એનર્ਜੀ ਆਫ ਦਾ ਨਿਊਕਲੀਅਸ ਠੀਕ ਹੈ ਜੀ ਸੋ ਸਿਰਫ ਬੱਚੇ ਤੁਸੀਂ ਡੈਫੀਨੇਸ਼ਨ ਲਰਨ ਕਰਨੀ ਹੈ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਤੁਸੀਂ ਆ ਵਾਲਾ ਮੈਥੈਮੈਟਿਕਲ ਪੋਰਸ਼ਨ ਜਿਹੜਾ ਆ ਉਹ ਲਰਨ ਕਰ ਸਕਦੇ ਆ ਸੋ ਬੱਚੇ ਦੀ ਜਿਹੜੇ ਇਹਨੂੰ ਐਕਸਪ੍ਰੈਸ ਕੀਤਾ ਜਾਂਦਾ ਜੌਲਸ ਦੇ ਵਿੱਚ ਔਰ ਮਾਸ ਡਿਫੈਕਟ ਮਾਸ ਇਹ ਤਾਂ ਮੈਜ਼ਰ ਕੀਤਾ ਜਾਂਦਾ ਆ ਕੇਜੀ ਦੇ ਵਿੱਚ ਕਲੀਅਰ ਹੋ ਗਿਆ ਜੀ ਸਿਰਫ ਇੰਨੀ ਕੀ ਹੀ ਟਰਮ ਦੀ ਜ਼ਰੂਰਤ ਹੈ ਜ਼ਿਆਦਾ ਇਹਨੂੰ ਇਲੈਬੋਰੇਟ ਕਰਨ ਦੀ ਜਾਂ ਜ਼ਿਆਦਾ ਐਕਸਪਲੇਨ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਬੱਚੇ ਨੈਕਸਟ ਡੈਫੀਨੇਸ਼ਨ ਵਿਚ ਇਜ਼ ਦ ਮੋਸਟ ਇੰਪੋਰਟੈਂਟ ਡੈਫੀਨੇਸ਼ਨ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਦ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਇਜ਼ ਦ ਐਵਰੇਜ એનર્ਜੀ ਸੋ ਬੱਚੇ ਕੀ ਹੈ ਤੁਹਾਡੀ ਐਵਰੇਜ એનર્ਜੀ ਆ ਰਿਕੁਆਇਰ ਟੂ ਇਜੈਕਟ ਵਨ ਨਿਊਕਲੀਅਸ ਫਰੋਮ ਦ ਨਿਊਕਲੀਅਸ ਜਦੋਂ ਅਸੀਂ ਇੱਕ ਨਿਊਕਲੀਅਨ ਨੂੰ ਇੱਕ ਨਿਊਕਲੀਅਸ ਦੇ ਵਿੱਚੋਂ ਮੰਨ ਲਓ ਆ ਤੁਹਾਡਾ ਨਿਊਕਲੀਅਸ ਆ ਇਹਦੇ ਵਿੱਚੋਂ ਅਸੀਂ ਇੱਕ ਨਿਊਕਲੀਅਨ ਬਾਹਰ ਕੱਢਣਾ ਆ ਸੋ ਜਿੰਨੀ એનર્ਜੀ ਲੱਗੀ ਜਿੰਨੀ ਬਾਈਂਡਿੰਗ એનર્ਜੀ ਲੱਗੀ ਉਹਨੂੰ ਅਸੀਂ ਕੀ ਬੋਲਦਾਂਗੇ ਜਿੰਨੀ ਸੌਰੀ ਐਵਰੇਜ એનર્ਜੀ ਲੱਗੀ ਉਹਨੂੰ ਅਸੀਂ ਬੋਲਦਾਂਗੇ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਸੋ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਇਜ਼ ਇਕੁਅਲ ਟੂ ਬਾਈਂਡਿੰਗ એનર્ਜੀ ਡਿਵਾਈਡਿਡ ਬਾਈ A A ਕੀ ਆ ਤੁਹਾਡਾ ਮਾਸ ਨੰਬਰ ਨੈਕਸਟ ਆਜੋ ਪੈਕਿੰਗ ਫ੍ਰੈਕਸ਼ਨ ਹੁਣ ਪੈਕਿੰਗ ਫ੍ਰੈਕਸ਼ਨ ਕੀ ਆ ਬੱਚੇ ਇਹ ਤੁਹਾਡਾ 1 ਮਾਰਕਸ ਦੀ ਅਲੱਗ ਤੋਂ ਡਿਫੀਨੇਸ਼ਨ ਪੁੱਛੀ ਜਾ ਸਕਦੀ ਆ ਤਾਂ ਪੈਕਿੰਗ ਫ੍ਰੈਕਸ਼ਨ ਆਫ A A ਮਤਲਬ ਤੁਹਾਡਾ ਮਾਸ ਨੰਬਰ nucleus ਇਸ ਡਿਫਾਈਨਡ ਐਸ ਅ ਮਾਸ ਡਿਫੈਕਟ ਪਰ ਨਿਊਕਲੀਅਨ ਆਫ ਦਾ nucleus ਸੋ ਪੈਕਿੰਗ ਫ੍ਰੈਕਸ਼ਨ ਨੂੰ ਕਾਦੇ ਨਾਲ ਲਿਖਦੇ ਆ ਰਚੀ ਅਸੀਂ ਮਾਸ ਡਿਫੈਕਟ ਡਿਵਾਈਡਡ ਬਾਈ A ਬਾਈਂਡਿੰਗ એનર્ਜੀ ਕਿਹਦੇ ਕੋਲ ਆਏਗਾ ਬਾਈਂਡਿੰਗ એનર્ਜੀ ਡਿਵਾਈਡਡ ਬਾਈ A ਪੈਕਿੰਗ ਫ੍ਰੈਕਸ਼ਨ ਕਿਹਦੇ ਕੋਲ ਆਏਗਾ ਮਾਸ ਡਿਫੈਕਟ ਡਿਵਾਈਡਡ ਬਾਈ A ਹੁਣ A ਇੱਥੇ ਹੈ ਕੀ ਆ ਐਟੋਮਿਕ ਨੰਬਰ ਦ ਨੰਬਰ ਆਫ ਪ੍ਰੋਟੋਨ ਇਨ ਦਾ ਨਿਊਕਲੀਅਸ ਆਫ ਐਨ ਐਟਮ ਆਫ ਦਾ ਐਲੀਮੈਂਟ ਇਜ਼ ਕਾਲਡ ਐਟੋਮਿਕ ਨੰਬਰ ਸੋ ਐਟੋਮਿਕ ਨੰਬਰ ਨੂੰ ਜ਼ੈਡ ਦੇ ਨਾਲ ਲਿਖਦੇ ਆ ਤੇ ਮਾਸ ਨੰਬਰ ਨੂੰ ਏ ਦੇ ਨਾਲ ਲਿਖਦੇ ਆ ਕਲੀਅਰ ਹੋ ਗਿਆ ਸੋ ਬੱਚੇ ਸਾਡੀਆਂ ਛੋਟੀਆਂ ਛੋਟੀਆਂ ਡੈਫੀਨੇਸ਼ਨ ਸੀ ਸਮ ਟਾਈਮ ਜਿਹੜਾ ਆ 3 ਮਾਰਕਸ ਦਾ ਲੌਂਗ ਕੁਐਸਚਨ ਆ ਜਾਂਦਾ ਆ ਉਹਦੇ ਨਾਲ ਕੁਐਸਚਨ ਪੁੱਛ ਲਿਆ ਜਾਂਦਾ ਆ ਕਿ ਵਾਟ ਇਜ਼ ਬਾਈਂਡਿੰਗ એનર્ਜੀ ਐਕਸਪਲੇਨ ਦਾ ਸਿਗਨੀਫੀਕੈਂਟ ਆਫ ਬਾਈਂਡਿੰਗ એનર્ਜੀ ਪਰ ਨਿਊਕਲੀਅਨ नैक्स जिदा क्वेश्चन होर आ है डिफाइन बाइंडिंग एनर्जी ऑफ द न्यूक्लियस ड्राइव एंड एक्सप्रैशन द कर्व बिटवीन बाइंडिंग एनर्जी पर न्यूक्लीओन एंड अ मास नंबर नैक्सट आ जाओ विच इज़ इंपोर्टेंट डेफिनेशन न्यूक्लीयर बाइंडिंग एनर्जी पर न्यूक्लीओन दिस इज़ अ मोस्ट इंपोर्टेंट डैफिनेशन जी मार्क्स के क्वेश्चन मोस्ट प्रोबेबली पुछा जाता है द एवरेज एनर्जी रिक्वायर टू रिज अ न्यूक्लीओन फ्रॉम द न्यूक्लियस ਇੱਕ ਨਿਊਕਲੀਅਸ ਦੇ ਵਿੱਚੋਂ ਅਸੀਂ ਕੋਈ ਨਿਊਕਲੀਓਨ ਜਿਹੜਾ ਰਿਲੀਜ਼ ਕਰਨਾ ਰਿਲੀਜ਼ ਮਤਲਬ ਬਾਹਰ ਕੱਢਣਾ ਆ ਉਸ એનર્ਜੀ ਨੂੰ ਉਸ ਮਿਨਿਮਮ ਅਮਾਉਂਟ ਆਫ એનર્ਜੀ ਨੂੰ ਅਸੀਂ ਕੀ ਬੋਲਦੇ ਆ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਠੀਕ ਹੈ ਜੀ ਸੋ ਇਹਨੂੰ ਲਿਖਾਂਗੇ ਕਿਦਾਂ E ਡੈਲਟਾ m ਡੈਲਟਾ m ਕੀ ਆ ਤੁਹਾਡਾ ਮਾਸ ਡਿਫੈਕਟ ਇੰਟੂ 931 ਜਿਹੜੀ ਉਹਦੀ ਟੋਟਲ એનર્ਜੀ ਆ ਡਿਵਾਈਡਡ ਬਾਈ A A ਇਜ਼ ਅ ਮਾਸ ਨੰਬਰ ਠੀਕ ਹੈ ਜੀ ਸੋ A ਕੀ ਹੋ ਗਿਆ ਦਾ ਮਾਸ ਨੰਬਰ ਸੋ ਆ ਹੋ ਗਈ ਬੱਚੇ ਨਿਊਕਲੀਅਰ ਬਾਈਂਡਿੰਗ ਐਨਰਜੀ ਪਰ ਨਿਊਕਲੀਅਨ ਹੁਣ ਨੈਕਸਟ ਆਜੋ ਬੱਚੇ ਤੁਹਾਡਾ ਗ੍ਰਾਫ ਆ ਥਿਸ ਗ੍ਰਾਫ ਇਜ਼ ਇੰਪੋਰਟੈਂਟ ਫॉर 3 ਮਾਰਕਸ ਕਈ ਵਾਰੀ ਬੱਚੇ ਕੁਐਸਚਨ ਪੁੱਛ ਲਿਆ ਜਾਂਦਾ 2 ਮਾਰਕਸ ਦਾ ਕੁਐਸਚਨ ਆ ਜਾਂਦਾ ਆ ਕਿ ਐਕਸਪਲੇਨ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਐਂਡ ਰਾਈਟ ਇਟਸ ਸਿਗਨੀਫੀਕੈਂਸ ਆਫ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਸਿਗਨੀਫੀਕੈਂਟ ਮਤਲਬ ਕਿੱਥੇ ਯੂਜ਼ ਕੀਤਾ ਜਾਂਦਾ ਕਿਉਂ ਯੂਜ਼ ਕੀਤਾ ਜਾਂਦਾ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਡਿਟਰਮਿਨਸ ਦਾ ਸਟੇਬਿਲਿਟੀ ਆਫ ਦਾ ਨਿਊਕਲੀਅਸ ਕਿਸੇ ਵੀ ਨਿਊਕਲੀਅਸ ਦੀ ਸਟੇਬਿਲਿਟੀ ਨੂੰ ਐਕਸਪਲੇਨ ਕਰਦੀ ਆ ਬਾਈਂਡਿੰਗ એનર્ਜੀ ਦਾ ਸਟੇਬਿਲਿਟੀ ਆਫ ਦਾ ਨਿਊਕਲੀਅਸ ਇਜ਼ ਪ੍ਰੋਪੋਰਸ਼ਨਲ ਟੂ ਦਾ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਸੋ ਸਟੇਬਿਲਿਟੀ ਜਿਹੜੀ ਕਿਸੇ ਵੀ ਨਿਊਕਲੀਅਸ ਦੀ ਆ ਕਹਿੰਦੇ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਿਹਦੇ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਦੇ ਸੋ ਰਜੇ ਆ ਜਿਹੜਾ ਗ੍ਰਾਫ ਹੈ ਇਹ 3 ਮਾਰਕਸ ਦੇ ਅੰਦਰ ਜਿਹੜਾ ਆ ਪੁੱਛ ਲਿਆ ਜਾਂਦਾ 1 ਮਾਰਕਸ ਦੀ ਡੈਫੀਨੇਸ਼ਨ ਤੇ 2 ਮਾਰਕਸ ਦਾ ਗ੍ਰਾਫ ਠੀਕ ਹੈ ਜੀ ਸੋ ਧਿਆਨ ਨਾਲ ਦੇਖੋ ਬੱਚੇ ਗ੍ਰਾਫ ਕਿਸ ਤਰੀਕੇ ਨਾਲ ਪਲਾਟ ਕਰਨਾ ਪਹਿਲਾਂ ਆਪਾਂ ਗ੍ਰਾਫ ਤੇ ਕਰਵ ਤੇ ਫੋਕਸ ਕਰਦੇ ਆ ਇੱਕ ਪਾਸੇ ਲਿਖਣਾ ਬੱਚੇ ਤੁਸੀਂ मास नंबर और एक पास लिखनी है बाइंडिंग एनर्जी पर न्यूक्लीओन पहला थोड़ा ग्राफ स्ट्रेट जाएगा स्ट्रेट ग्राफ कि जा रहा है हाइड्रोजन का ध्यान देख लो तीनों ही हाइड्रोजन आ सो so, एच टू एच एच वन एच टू एच थ्री नैक्सट आ जाएगा हीयम हीम तो बाद लीथियम की पावर थोड़ी जी घट गई तो आ गया लोअर पावर पर दैन आ जाएगा नाइट्रोजन दैन ऑक्सीजन सॉरी कार्बन आ जाएगा दैन नाइट्रोजन दैन ऑक्सीजन ठीक है जी सो so, ध्यान में देख लो बच्चे तीन कर्व्स बन रही तीन पीक्स बन रही वन टू एंड थ्री यद मतलब उपर कौन आ फस्ट नंबर पर कौन आ हीयम नीचे कौन आ लिथियम। नैक्सट वाले तो कौन आ कार्बन लोअर पार्ट जी पीक आचे उ की आएगा नाइट्रोजन ऑक्सीजन के दो अलग अलग आइसोटोपस है सो एक उपर ओ आ और एक नीचे ओ आ उस तो हाइएसट पॉइंट पर जाएगा एन आई दैन ਆਇਰਨ ਸੋ ਇੱਥੋਂ ਘਟਦਾ ਘਟਦਾ ਬੱਚੇ ਨੀਚੇ ਵਾਲੀ ਸਾਈਡ ਤੇ ਆ ਜਾਊਗਾ ਲਾਸਟ ਵਿੱਚ ਆ ਜਾਏਗਾ ਤੁਹਾਡਾ ਯੂਰੇਨੀਅਮ ਸੋ ਇਸ ਪੂਰੀ ਕਰਵ ਨੂੰ ਅਸੀਂ ਪੜਾਂਗੇ ਕਿ ਪੂਰੇ ਕਰਵ ਨੇ ਕਿਸ ਤਰੀਕੇ ਨਾਲ ਬਾਈਂਡਿੰਗ એનર્ਜੀ ਆ ਇਹਨਾਂ ਦੇ ਵਿੱਚ ਕਿੱਦਾਂ ਦੀ એનર્ਜੀ ਹੁੰਦੀ ਆ ਸੋ ਦੇਖ ਲਓ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਕਰਵ ਦੇ ਬਾਰੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇੰਪੋਰਟੈਂਟ ਆ 2 ਮਾਰਕਸ ਦੇ ਲਈ ਧਿਆਨ ਨਾਲ ਸਮਝ ਲੈਣਾ ਨੰਬਰ 1 ਐਵਰੇਜ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਫਾਰ ਦਾ ਮਾਸ ਨੰਬਰ ਲੈਸ ਥੈਨ 3 ਜਿਨ੍ਹਾਂ ਦਾ ਨੰਬਰ ਲੈਸ ਥੈਨ 3 ਆ ਲਾਈਕ ਹਾਈਡਰੋਜਨ ਹੋ ਗਿਆ ਹੀਲੀਅਮ ਹੋ ਗਿਆ ਠੀਕ ਹੈ ਲਿਥੀਅਮ ਹੋ ਗਿਆ 1 ਜਾਂ 1 ਨੰਬਰ ਤੇ ਪਿਆ 2 ਤੇ 3 ਤੇ ਸੋ ਇਹਨਾਂ ਦੀ ਜੋ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੁੰਦੀ ਆ ਉਹ ਕੀ ਹੁੰਦੀ ਆ স্মੋਲ ਹੁੰਦੀ ਆ ਕੀ ਹੁੰਦੀ ਆ স্মੋਲ ਘਟਾ ਇਸ ਕਰਕੇ ਬਿਲਕੁਲ ਸਟ੍ਰੇਟ ਲਾਈਨ 'ਚ ਜਾ ਰਿਹਾ ਕੀ ਜਾ ਰਿਹਾ ਸਟ੍ਰੇਟ ਲਾਈਨ ਦੇ ਵਿੱਚ ਸੈਕੰਡ ਆਜੋ ਸਮ ਨਿਊਕਲੀਆਈ ਵਿਦ ਅ ਮਾਸ ਨੰਬਰ ਗ੍ਰੇਟਰ ਥੈਨ 3 ਲੈਸ ਥੈਨ 3 অর ਅ ਗ੍ਰੇਟਰ ਥੈਨ 20 ਮਤਲਬ ਕਿ ਸੌਰੀ ਗ੍ਰੇਟਰ ਥੈਨ 3 অর ਲੈਸ ਥੈਨ 20 ਮਤਲਬ ਕਿ 3 ਤੋਂ ਲੈ ਕੇ ਬਚੇ 20 ਦੇ ਵਿੱਚ ਘਾਰ ਕੋਈ ਨੰਬਰ ਆ ਰਿਹਾ 4 5 6 7 17 18 ਜਿਹੜੇ 3 ਔਰ 20 ਦੇ ਵਿੱਚ ਘਾਰ ਆ ਰਹੇ ਆ ਉਹਨਾਂ ਦੀ ਜੋ ਬਾਈਂਡਿੰਗ એનર્ਜੀ ਆ ਉਹ ਪਹਿਲੇ ਨਾਲੋਂ ਥੋੜੀ ਜਿਹੀ ਲਾਰਜ ਹੋਏਗੀ ਹੈਵਿੰਗ ਲਾਰਜ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਦੈਨ देयर ਨੇਬਰਿੰਗ ਨਿਊਕਲੀਆਈ ਨਾਲ ਵਾਲੇ ਨੇਬਰਿੰਗ ਨਿਊਕਲੀਆਈ ਨਾਲੋਂ ਇਹਨਾਂ ਦੀ ਜੋ ਸਟੈਬਿਲਿਟੀ ਹੁੰਦੀ ਆ ਜੋ ਇਹਨਾਂ ਦੀ ਬਾਈਂਡਿੰਗ એનર્ਜੀ ਹੁੰਦੀ ਆ ਉਹ ਕੀ ਹੁੰਦੀ ਆ ਜਿਆਦਾ ਹੁੰਦੀ ਆ ਸੋ ਐਗਜ਼ਾਮਪਲ ਦੇ ਦਿੱਤੀਆਂ ਕਾਰਬਨ ਆ ਆਕਸੀਜਨ ਆ ਹੈਵਿੰਗ ਗ੍ਰੇਟਰ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਦੈਨ देयर ਨੇਬਰਸ ਸੋ ਨਿਊਕਲੀਅਰ ਆਰ ਆ ਮੋਰ ਸਟੇਬਲ ਦੈਨ देयर ਨੇਬਰਸ ਸੋ ਇਹ ਵਾਲੇ ਜਿਹੜੇ ਹੋਣਗੇ ਪਹਿਲੇ ਤਿੰਨ ਨਾਲੋਂ ਥੋੜੇ ਜਿਹਾ ਜ਼ਿਆਦਾ ਸਟੇਬਲ ਹੋਣਗੇ ਕਿਉਂਕਿ ਇਹਨਾਂ ਦੀ ਬਾਈਂਡਿੰਗ એનર્ਜੀ ਕੀ ਆ ਥੋੜੀ ਜੀ ਜ਼ਿਆਦਾ ਆ ਹੁਣ ਅਸੀਂ ਗੱਲ ਕਰਦੇ ਆ 20 ਤੋਂ ਉੱਪਰ ਵਾਲੇ 20 ਤੋਂ ਉੱਪਰ ਮੰਨ ਲਓ ਅਸੀਂ ਗੱਲ ਕਰਨ ਲੱਗਿਆ 30 ਤੋਂ ਲੈ ਕੇ 62 ਮਤਲਬ ਕਿ 30 ਤੋਂ ਲੈ ਕੇ 62 ਵਾਲੇ ਦੇ ਵਿਚਕਾਰਲੇ ਜੋ ਐਟਮਸ ਆ ਉਹਨਾਂ ਦੀ ਗੱਲ ਕਰਦੀ ਆ ਸਾਨੂੰ ਪਤਾ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਕੀ ਹੋ ਜੂਗੀ ਇਨਕਰੀਜ਼ ਗ੍ਰੈਜੂਅਲੀ ਅਚਾਨਕ ਇਨਕਰੀਜ਼ ਹੋ ਜੂਗੀ ਔਰ ਮੈਕਸਿਮਮ ਚਲੇ ਜੇਗੀ ਇੱਥੇ ਧਿਆਨ ਨਾਲ ਦੇਖੋ ਇੱਥੇ ਪੀਕ ਬਣਿਆ ਹੋਇਆ ਆਹ ਟਰਮ ਚ ਪੀਕ ਬਣਿਆ ਹੋਇਆ ਇਹਦਾ ਮਤਲਬ ਇੱਥੇ ਆ ਰਿਹਾ 56 62 ਮਤਲਬ ਕਿ ਹਾਇਰ ਟਰਮ ਵਾਲੀ ਜੋ ਆ 30 ਤੋਂ ਲੈ ਕੇ ਬਚੇ 60 ਦੇ ਵਿਚਕਾਰ ਜਾਂ 62 ਦੇ ਵਿਚਕਾਰ ਦੇ ਐਟਮਸ ਦੀ ਗੱਲ ਕਰ ਰਹੀ ਆ ਇੱਥੇ ਜਾ ਕੇ ਜਿਹੜੀ ਆ ਬਾਈਂਡਿੰਗ એનર્ਜੀ ਆ ਅਚਾਨਕ ਕੀ ਹੋ ਜਾਂਦੀ ਹੈ ਗ੍ਰੈਜੂਅਲੀ ਇਨਕਰੀਜ਼ ਹੋ ਜਾਂਦੀ ਆ ਸੋ ਮੈਕਸਿਮਮ ਹੋ ਜਾਂਦੀ ਆ ਕਿੱਥੇ ਤੱਕ 8.8 ਯੂਨਿਟ ਮੈਗਾ ਇਲੈਕਟ੍ਰੋਨ ਵੋਲਟ ਪਰ ਨਿਊਕਲੀਅਨ ਜੜੀ ਆ ਮੈਕਸਿਮਮ ਹੋ ਜਾਂਦੀ ਆ ਕਾਰਸਪੋਂਡਿੰਗ ਟੂ A 56 ਅਸੀਂ ਮੈਕਸਿਮਮ ਕਿੱਥੇ ਕਹਿ ਦਿੰਨੇ ਆ 56 ਤੇ ਇੱਥੇ ਤੁਸੀਂ ਬੱਚੇ ਆਇਰਨ ਦੇਖ ਸਕਦੇ ਆ ਆ ਵਾਲਾ ਪੁਆਇੰਟ ਜਿਹੜਾ ਆ ਇਹ ਕਿੰਨਾ ਆ 56 ਮਤਲਬ ਕਿ ਮੰਨ ਲਓ ਕਿ ਇਹ ਕੀ ਆ ਤੁਹਾਡਾ ਮੈਕਸਿਮਮ ਪੁਆਇੰਟ ਆ ਗਿਆ ਜਿੱਥੇ 8.8 એનર્ਜੀ ਹੋਏਗੀ ਬਾਈਂਡਿੰਗ એનર્ਜੀ 8.8 ਹੋਏਗੀ ਸੋ ਆਇਰਨ ਐਂਡ ਨਿਕਲ ਇਦਾਂ ਦੇ ਐਲੀਮੈਂਟਸ ਆ ਜਿਹੜੇ ਸਟੇਬਲ ਐਲੀਮੈਂਟਸ ਆ ਜਿਹੜੇ ਕੀ ਸਟੇਬਲ ਐਲੀਮੈਂਟਸ ਆ ਨੈਕਸਟ ਆਜੋ ਹੁਣ ਅਸੀਂ 62 ਤੋਂ ਉੱਤੇ ਵਾਲੇ ਐਲੀਮੈਂਟਸ ਦੀ ਗੱਲ ਕਰ ਰਹੇ ਹਾਂ ਮਤਲਬ 63 64 65 67 ਕੋਈ ਵੀ ਐਲੀਮੈਂਟ ਆਜ ਵੀ ਹੁਣ ਫॉर ਨਿਊਕਲੀ ਜਿਨ੍ਹਾਂ ਦਾ ਮਾਸ ਨੰਬਰ 62 ਨਾਲੋਂ ਗ੍ਰੇਟਰ ਆ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਗ੍ਰੈਜੂਲੀ ਡਿਕਰੀਜ਼ ਹੁਣ ਕੀ ਹੋ ਜੂਗਾ ਇਨਕਰੀਜ਼ ਹੋਣ ਦੀ ਬਜਾਏ ਕਿਉਂਕਿ ਇੱਥੇ 56 ਤੋਂ ਲੈ ਕੇ 62 ਤੱਕ 30 ਤੋਂ ਲੈ ਕੇ 62 ਤੱਕ ਮੈਕਸਿਮਮ ਸੀ ਉਸ ਤੋਂ ਬਾਅਦ ਵਾਲੀ ਦੇਖੋ ਬੱਚੇ ਕਰਵ ਜਿਹੜੀ ਆ ਡਾਊਨਵਰਡ ਜਾ ਰਹੀ ਆ ਇਹਦਾ ਮਤਲਬ ਗ੍ਰੈਜੂਲੀ ਕੀ ਕਰ ਰਹੀ ਆ ਡਿਕਰੀਜ਼ ਕਰ ਰਹੀ ਆ ਆ ਚੀਜ਼ ਕਲੀਅਰ ਹੋ ਗਈ ਸਭ ਨੂੰ ਸੋ ਕੀ ਹੋ ਰਹੀ ਆ ਗ੍ਰੈਜੂਲੀ ਡਿਕਰੀਜ਼ ਫਾਰ ਯੂਰੇਨੀਅਮ ਵਨ ਆਫ ਦਾ ਹੈਵੀਐਸਟ ਨੇਚਰਲ ਐਲੀਮੈਂਟ ਆ ਸਭ ਤੋਂ ਜ਼ਿਆਦਾ ਹੈਵੀਐਸਟ ਨੇਚਰਲ ਐਲੀਮੈਂਟ ਆ ਦਾ ਵੈਲਿਊ ਆਫ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਡ੍ਰੌਪਸ ਟੂ 7.5 ਕਿੰਨੀ ਹੋ ਜਾਂਦੀ ਆ ਘਟ ਕੇ ਕਿੰਨੀ ਹੋ ਜਾਂਦੀ ਆ ਡ੍ਰੌਪ ਕਰ ਜਾਂਦੀ ਆ 7.5 ਤੇ ਆਦਰਵਾਈਜ਼ ਮੈਕਸਿਮਮ ਕਿੰਨੀ ਸੀ 8.8 ਪਰ ਹੁਣ ਘਟ ਗਈ 7.5 ਹੋ ਗਈ ਕਲੀਅਰ ਹੋ ਗਿਆ ਜੀ ਸੋ ਇਹ ਸਿਰਫ 4 ਪੁਆਇੰਟਸ ਆ ਜਿਹੜੇ ਬੱਚੇ ਤੁਹਾਨੂੰ ਅਸੀਂ ਗ੍ਰਾਫ ਦੇ ਅੰਦਰ ਐਕਸਪਲੇਨ ਕਰਨੇ ਆ ਨੰਬਰ 1 ਕਿਹੜਾ ਸੀ ਜਿਹੜੇ ਐਟੋਮਿਕ ਨੰਬਰ ਲੈਸ ਦੈਨ 3 ਸੀ 3 ਤੋਂ ਕਟ ਵਾਲਿਆਂ ਦੀ ਬਾਈਂਡਿੰਗ એનર્ਜੀ ਕਟ ਹੈ ਸੈਕਿੰਡ ਵਿੱਚ ਅਸੀਂ ਗੱਲ ਕਰਨੀ ਹੈ 3 ਤੋਂ ਲੈ ਕੇ 20 ਦੇ ਵਿੱਚ ਘਰ ਇਹਨਾਂ ਦੀ ਬਾਈਂਡਿੰਗ એનર્ਜੀ ਕੀ ਹੁੰਦੀ ਆ ਜ਼ਿਆਦਾ ਹੁੰਦੀ ਆ ਤੇ ਆਪਣੇ ਨੇਬਰਸ ਦੇ ਨਾਲੋਂ ਜਿਹੜੀ ਬਾਈਂਡਿੰਗ એનર્ਜੀ ਆ ਉਹ ਸਟਰੋਂਗ ਹੁੰਦੀ ਆ 3rd ਤੇ ਆਜੋ 30 ਤੋਂ ਲੈ ਕੇ ਅਸੀਂ ਗੱਲ ਕਰਦੀਆਂ 62 ਦੇ ਵਿੱਚ ਘਰ ਜਿਹਦੇ ਵਿੱਚ ਆਇਰਨ ਐਂਡ ਨਿਕਲ ਇੱਦਾਂ ਦੇ ਐਲੀਮੈਂਟਸ ਆ ਜੋ ਕਿ ਸਟੇਬਲ ਐਲੀਮੈਂਟਸ ਹੁੰਦੇ ਆ ਅਗਰ ਅਸੀਂ 62 ਤੋਂ ਗ੍ਰੇਟਰ ਦੀ ਗੱਲ ਕਰੀਏ ਹੁਣ اٹੋਮਿਕ ਨੰਬਰ ਜਿਨ੍ਹਾਂ ਦਾ 62 ਤੋਂ ਜ਼ਿਆਦਾ ਆ ਉਹਨਾਂ ਦੀ ਬਾਈਂਡਿੰਗ એનર્ਜੀ 7.2 ਤੱਕ ਚਲੀ ਜਾਂਦੀ ਹੈ ਜਿਹੜੀ ਕਿ ਗ੍ਰੈਜੂਅਲੀ ਡਿਕਰੀਸ ਕਰਦੀ ਆ ਕਲੀਅਰ ਹੋ ਗਈ ਜੀ ਸੋ ਸਿਰਫ 4 ਪੁਆਇੰਟ ਆ ਬੱਚੇ ਜਿਹੜੇ ਤੁਸੀਂ ਅੱਛੇ ਤਰੀਕੇ ਨਾਲ ਲਰਨ ਕਰਨੇ ਆ ਸੋ ਆਈ ਹੋਪ ਕਿ ਜਿੰਨਾ ਮੈਂ ਐਕਸਪਲੇਨ ਕਰ ਰਹੀ ਆ ਬੋਲ ਰਹੀ ਆ ਤੁਹਾਨੂੰ ਨਾਲ ਦੀ ਨਾਲ ਜਿਹੜੀ ਆ ਇਹ ਅੱਛੇ ਤਰੀਕੇ ਨਾਲ ਕਰਵ ਜਿਹੜੀ ਆ ਲਰਨ ਹੋ ਗਈ ਹੋਏਗੀ ਸੋ ਲਾਸਟ ਵਿੱਚ ਬੱਚੇ ਤੁਸੀਂ ਕਨਕਲੂਜਨ ਲਿਖਣਾ ਆ ਕਨਕਲੂਜਨ ਤੁਸੀਂ ਆਪਣੀ ਵਰਡਿੰਗ ਦੇ ਵਿੱਚ ਦੋ ਚਾਰ ਲਾਈਨਸ ਦੇ ਵਿੱਚ ਵੀ ਕਵਰ ਕਰ ਸਕਦੇ ਆ ਜਾਂ ਪੁਆਇੰਟਸ ਬਣਾ ਕੇ ਕਵਰ ਕਰ ਸਕਦੇ ਆ ਜਿਦਾ ਕਿ ਫਰਸਟ ਕਨਕਲੂਜਨ ਦੇ ਵਿੱਚ ਫਰਸਟ ਪੁਆਇੰਟ ਕੀ ਆ ਦ ਇੰਟਰਮੀਡੀਏਟ ਨਿਊਕਲੀਆਈ ਹੈਵਿੰਗ ਲਾਰਜ ਵੈਲਿਊ ਆਫ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਇਹਨਾਂ ਦੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਕੀ ਹੁੰਦੀ ਆ ਇੰਟਰਮੀਡੀਏਟ ਹੋ ਜਾਂਦੀ ਆ ਤਾਂ ਉਹਨਾਂ ਨੂੰ ਅਸੀਂ ਮੋਰ ਸਟੇਬਲ ਕਹਿ ਦਿੰਦੇ ਆ ਇੰਟਰਮੀਡੀਏਟ ਮਤਲਬ ਵਿਚਕਾਰ ਵਾਲੇ ਐਲੀਮੈਂਟਸ ਜਿਦਾ ਕਿ ਨਿਕਲ ਤੇ ਕੋਬਾਲਟ ਸੀ ਠੀਕ ਆ ਆਇਰਨ ਔਰ ਨਿਕਲ ਸੀ ਨੈਕਸਟ ਆ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੈਜ਼ ਲੋ ਵੈਲਿਊ ਫਾਰ ਬੋਥ ਦਾ ਲਾਇਰ ਐਂਡ ਲਾਈਟ ਐਂਡ ਹੈਵੀ ਨਿਊਕਲੀਆਰ ਅਗਰ ਤੁਸੀਂ ਲਾਈਟ ਦੀ ਗੱਲ ਕਰਦੇ ਆ ਹੀਲੀਅਮ ਦੀ ਲਿਥੀਅਮ ਦੀ ਗੱਲ ਕਰਦੇ ਆ ਉਹ ਵੀ ਕਹਿੰਦੇ ਕਟ ਸਟੇਬਲ ਹੁੰਦੇ ਆ ਔਰ ਅਗਰ ਹੈਵੀ ਐਲੀਮੈਂਟ ਯੂਰੇਨੀਅਮ ਲੈਡ ਕੁਝ ਵੀ ਲੈ ਲਓ ਉਹ ਵੀ ਕਿਹੜੇ ਆ ਕਟ ਸਟੇਬਲ ਆ ਸੋ ਉਹਨਾਂ ਨੂੰ ਅਸੀਂ ਅਨਸਟੇਬਲ ਨਿਊਕਲੀਆਈ ਬੋਲ ਦਿੰਨੇ ਆ ਨੈਕਸਟ ਆ ਬੈਨਾ ਹੈਵੀ ਨਿਊਕਲੀਅਸ ਸਪਲਿਟ ਇਨਟੂ ਦਾ ਲਾਈਟਰ ਨਿਊਕਲੀਆਈ ਮੰਨ ਲਓ ਵੱਡੇ ਨਿਊਕਲੀਅਸ ਨੂੰ ਅਸੀਂ ਤੋੜ ਕੇ ਛੋਟੇ ਛੋਟੇ ਐਲੀਮੈਂਟਸ ਦੇ ਵਿੱਚ ਛੋਟੇ ਛੋਟੇ ਨਿਊਕਲੀਆਈ ਦੇ ਵਿੱਚ ਕਰ ਦਿੱਤਾ ਸਪਲਿਟ ਕਰ ਦਿੱਤਾ देन ਬਾਈਂਡਿੰਗ એનર્ਜੀ ਪਰ ਨਿਊਕਲੀਔਨਸ ਆਫ ਅ ਲਾਈਟਰ ਨਿਊਕਲੀਅਰ ਆ ਮੋਰ ਦੈਨ ਦਾ origignal ਹੈਵੀ ਨਿਊਕਲੀਔਨ ਜਿਹੜਾ ਕਿ ਬਾਈਂਡਿੰਗ એનર્ਜੀ ਹੋਏਗੀ ਛੋਟੇ ਛੋਟੇ ਐਲੀਮੈਂਟਸ ਦੀ ਹੋਏਗੀ ਉਹਨਾਂ ਦੀ ਜਿਹੜੀ ਬਾਈਂਡਿੰਗ એનર્ਜੀ ਜ਼ਿਆਦਾ ਹੋ ਜਾਏਗੀ ਹੈਵੀ ਦੇ ਨਾਲੋਂ origignal ਦੇ ਨਾਲੋਂ ਠੀਕ ਹੈ ਜੀ ਸੋ इट मीनस न्यूक्लीओनस ऑफ द लाइटर न्यूक्ली आर अ मोर टाइटली बाउंड तो मोर टाइटली बाउंड हो कोई ना कोई एनर्जी जी रिज़ की जाएगी जड़ी एनर्जी रिज की गई है वह असी न्यूक्लीयर फ्यूजन बोल दें डन वैन टू वेरी लाइट न्यूक्लीई जोड़े कि दस नंबर तो ज़्यादा छोटे हो जिदा कि ऑक्सीजन हो गया नाइट्रोजन हो गया लीथियम हो गया हाइड्रोजन हो गए अगर अभी इन्ह की गल करिए कंबाइन टू फॉर्म अ रिलेटिव हैवि न्यूक्लीयस ਅਗਰ ਇਹਨੂੰ ਹੈਵੀ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ then ਬਾਈਂਡਿੰਗ એનર્ਜੀ ਪਰ ਨਿਊਕਲੀਅਨ ਆਫ ਦਾ ਹੈਵੀ ਨਿਊਕਲੀਅਸ ਹੁਣ ਕੀ ਹੋਗੀ ਫਿਊਜ਼ਨ ਹੋਣ ਲੱਗਿਆ ਪਹਿਲਾਂ ਬੱਚੇ ਫਿਊਜ਼ਨ ਹੋਈ ਸੀ ਹੁਣ ਕੀ ਹੋਊਗਾ ਫਿਊਜ਼ਨ ਹੋਏਗਾ ਪਹਿਲਾਂ ਕੀ ਹੋਈ ਸੀ ਫਿਊਜ਼ਨ ਹੋਈ ਸੀ ਹੁਣ ਕੰਬਾਈਨ ਕਰਨ ਲੱਗਿਆਂ ਲਾਈਟਰ ਟੂ ਹੈਵੀ ਵਿੱਚ ਕਨਵਰਟ ਕਰਨ ਲੱਗਿਆ then ਵੀ ਕੋਈ ਨਾ ਕੋਈ એનર્ਜੀ ਜੜੀਆ ਰਿਲੀਜ਼ ਹੋਏਗੀ ਹੋਏਗੀ ਦਾ એનર્ਜੀ ਇਜ਼ ਰਿਲੀਜ਼ਡ ਇਨ ਦਾ ਪ੍ਰੋਸੈਸ that energy is known as a nuclear fusion ਕਲੀਅਰ ਹੋ ਗਿਆ ਰਾਜੇ ਸੋ ਫੀਜ਼ਨ অর ਫਿਊਜ਼ਨ ਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਰ ਰਹਿੰਦੀ ਆ ਸੋ ਮੈਂ ਛੋਟਾ ਜਿਹਾ ਟ੍ਰਿਕ ਦੱਸਦੀ ਆ ਤੁਹਾਨੂੰ ਕਿ ਤੁਹਾਨੂੰ ਕਦੇ ਵੀ ਇਹ ਨਾ ਦੋ ਵਰਡਸ ਦੇ ਵਿੱਚ ਕਨਫਿਊਜ਼ਨ ਹੋਏਗੀ ਨਹੀਂ ਹੁਣ ਬੱਚੇ ਫੀਜ਼ਨ ਆ ਇੱਕ ਪਾਸੇ ਲਿਖ ਲਓ ਫੀਜ਼ਨ ਇੱਕ ਪਾਸੇ ਲਿਖ ਲਓ ਫਿਊਜ਼ਨ ਐਫ ਆਈ ਆਈ ਤੋਂ ਬਣਾ ਲਓ ਤੀਰ ਯੂ ਤੋਂ ਬਣਾ ਲਓ ਕੋਈ ਵੀ ਕੋਲਾ ਜਾਂ ਕੋਈ ਵੀ ਬਾਉਲ ਵੱਡਾ ਸਾਰਾ ਤੀਰਨੇ ਕਿਸੇ ਵੀ ਚੀਜ਼ ਵਿੱਚ ਜਾ ਕੇ ਟਕਰਾਈਗਾ ਤਾਂ ਉਹਨੂੰ ਦੋ ਹਿੱਸਿਆਂ ਵਿੱਚ ਤੋੜ ਦੇਗਾ ਸੋ ਫਿਜ਼ਨਿਕ ਇਦਾਂ ਦਾ ਪ੍ਰੋਸੀਜਰ ਆ ਇਦਾਂ ਦਾ ਪ੍ਰੋਸੈਸ ਆ ਜਿਹਦੇ ਵਿੱਚ ਹੈਵੀ ਟੂ ਲਾਈਟਰ ਦੇ ਵਿੱਚ ਕਨਵਰਟ ਕੀਤਾ ਜਾਂਦਾ ਐਲੀਮੈਂਟ ਨੂੰ ਤੋੜਿਆ ਜਾਂਦਾ ਫਿਊਜ਼ਨ ਕੌਲੀ ਤੋਂ ਯਾਦ ਰੱਖਣਾ ਕੌਲੀ ਵਿੱਚ ਅਸੀਂ ਕਿੰਨੇ ਵੱਡੇ ਐਲੀਮੈਂਟ ਲਿਆ ਕੇ ਸੁੱਟ ਦਿੱਤੇ ਔਰ ਇੱਥੇ ਅਸੀਂ ਇੱਕ ਕੰਬਾਈਨ ਕਰ ਦਿੱਤਾ ਇਹਦਾ ਮਤਲਬ ਲਾਈਟਰ ਟੂ ਹੈਵੀ ਦੇ ਵਿੱਚ ਕਨਵਰਟ ਕਰ ਦਿੱਤਾ ਆਈ ਹੋਪ ਤੁਹਾਨੂੰ ਆਹ ਟ੍ਰਿਕ ਅੱਛਾ ਲੱਗਿਆ ਹੋਣਾ ਤੇ ਕਦੇ ਵੀ ਤੁਹਾਨੂੰ ਇਹ ਚੀਜ਼ ਭੁੱਲਦੀ ਨਹੀਂ ਕਿ ਫਿਊਜ਼ਨ ਕੀ ਆ ਤੇ ਫਿਊਜ਼ਨ ਕੀ ਆ ਠੀਕ ਹੈ ਐਫ ਆਈ ਆਈ ਤੋਂ ਯਾਦ ਰੱਖਣਾ ਤੀਰ ਤੀਰ ਚੀਜ਼ਾਂ ਨੂੰ ਤੋੜਦਾ ਆ ਫਿਊਜ਼ਨ ਦੇ ਵਿੱਚ ਯੂ ਆਨ ਦਾ ਮਤਲਬ ਆ ਕਿ ਇਹ ਜੋੜਦਾ ਆ ਲਾਈਟਰ ਨੂੰ ਹੈਵੀ ਦੇ ਵਿੱਚ ਜੋੜਦਾ ਆ ਕਲੀਅਰ ਹੋ ਗਿਆ ਸੋ ਬੱਚੇ ਅੱਜ ਦੇ ਇਸ ਲੈਕਚਰਸ ਦੇ ਵਿੱਚ ਜਿਹੜਾ ਅਸੀਂ ਜੋ ਕੀਤਾ ਆ ਆਹ ਵਾਲਾ ਆਰਟੀਕਲ ਜੋ ਕਰਵ ਵਾਲਾ ਆਰਟੀਕਲ ਆ ਵਿੱਚ 2 ਮਾਰਕਸ ਆ ਜਾਂਦਾ ਬਟ ਇਹਦੇ ਨਾਲ ਹਮੇਸ਼ਾ 1 ਨੰਬਰ ਦੀ ਡੈਫੀਨੇਟ ਡੈਫੀਨੇਸ਼ਨ ਜ਼ਰੂਰ ਪੁੱਛੀ ਜਾਂਦੀ ਆ ਕਿ ਬਾਈਂਡਿੰਗ એનર્ਜੀ ਕੀ ਆ ਜਾਂ ਫਿਰ ਮਾਸ ਇਫੈਕਟ ਕੀ ਐ ਐਕਸਟਰਾ ਸੋ ਕੋਈ ਵੀ ਡੈਫੀਨੇਸ਼ਨ ਜਿਹੜੀ ਆ ਪੁੱਛੀ ਜਾ ਸਕਦੀ ਆ ਸੋ ਬੱਚੇ ਅੱਛੇ ਤਰੀਕੇ ਨਾਲ ਨੂੰ ਪ੍ਰਿਪੇਅਰ ਕਰ ਲੈਣਾ ਸੋ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਜੋ ਮੈਕਸਿਮਮ ਸ਼ੇਅਰ ਕਰ ਜੋ ਜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ